ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਸਾ ਨਦੀ ਦੇ ਉੱਤੇ ਪਰਿਵਾਰ ਵਿਛੜਨ ਤੋਂ ਬਾਅਦ ਗੁਰੂ ਜੀ ਵੱਡੇ ਸਾਹਿਬਜ਼ਾਦੇ ਅਤੇ ਕੁਝ ਸਿੰਘਾਂ ਦੇ ਨਾਲ ਰੋਪੜ ਵਾਲੇ ਪਾਸੇ ਪਿੰਡ ਕੋਟਲਾ ਨਿਹੰਗ ਖਾਂ ਵਿਖੇ ਆ ਗਏ। ਨਿਹੰਗ ਖਾਂ ਜੋ ਕਿ ਪਹਿਲਾਂ ਵੀ ਗੁਰੂ ਘਰ ਦਾ ਸ਼ਰਧਾਲੂ ਸੀ, ਆਪਣੇ ਲੜਕੇ ਦੀ ਮੰਗਣੀ ਦੇ ਮੌਕੇ ਵੀ ਗੁਰੂ ਸਾਹਿਬ ਨੂੰ ਖਾਸ ਤੌਰ 'ਤੇ ਨਿਹੰਗ ਖਾਂ ਨੇ ਸੱਦਾ ਦਿੱਤਾ ਸੀ ਅਤੇ ਇਹਨਾਂ ਦੇ ਪੁਰਖਿਆਂ ਦਾ ਪ੍ਰੇਮ ਪਿਆਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਵੀ ਸੀ, ਕਿਉਂਕਿ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਇਸ ਅਸਥਾਨ 'ਤੇ ਪੰਜ ਪਾਤਸ਼ਾਹੀਆਂ ਦੇ ਚਰਨ ਪਏ ਨੇ। ਸੋ ਇਹ ਪ੍ਰੇਮ ਪਿਆਰ ਜਿੱਥੇ ਪਹਿਲਾਂ ਵੀ ਬਣਿਆ ਹੋਇਆ ਸੀ, ਤਾਂ ਔਖੀ ਘੜੀ ਦੇ ਵਿੱਚ ਵੀ ਨਿਹੰਗ ਖਾਂ ਨੇ ਗੁਰੂ ਸਾਹਿਬ ਦਾ ਸਾਥ ਨਹੀਂ ਛੱਡਿਆ। ਜਦੋਂ ਬਹੁਤ ਸਾਰੇ ਲੋਕ ਪਿੱਠ ਦਿਖਾ ਕੇ ਲਾਂਘੇ ਹੋਣਗੇ, ਜਦੋਂ ਗੁਰੂ ਸਾਹਿਬ ਇਸ ਕਿਲੇ ਦੇ ਵਿੱਚ ਆਉਂਦੇ ਹੈ, ਤਾਂ ਨਿਹੰਗ ਖਾਂ ਨੇ ਗੁਰੂ ਜੀ ਦੇ ਲਈ ਆਸਣ ਵਿਛਾਇਆ। ਗੁਰੂ ਜੀ ਆਸਣ ਦੇ ਉੱਤੇ ਬਿਰਾਜਮਾਨ ਹੋਏ ਤਾਂ ਕੁਝ ਸਮੇਂ ਬਾਅਦ ਹੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ। ਬਾਬਾ ਬਚਿੱਤਰ ਸਿੰਘ ਜੀ ਨੂੰ ਨਾਲ ਲੈ ਕੇ ਇਸ ਅਸਥਾਨ ਦੇ ਉੱਤੇ ਪਹੁੰਚਦੇ ਨੇ। ਬਾਬਾ ਬਚਿੱਤਰ ਸਿੰਘ ਜੀ ਸਰਸਾ ਨਦੀ ਪਾਰ ਕਰਕੇ ਅੱਗੇ ਕੁਝ ਵਿੱਥ ਦੇ ਉੱਤੇ ਹੀ ਮਲਕਪੁਰ ਰੰਗੜਾ ਪਿੰਡ, ਜੋ ਕਿ ਰੰਗੜਾ ਦਾ ਪਿੰਡ ਸੀ, ਉਹਨਾਂ ਨੇ ਸਿੱਖਾਂ ਦਾ ਸਾਹਮਣਾ ਕੀਤਾ ਤਾਂ ਸਿੰਘਾਂ ਦਾ ਉੱਥੇ ਵੀ ਜੰਗ ਹੋਇਆ ਰੰਗੜਾ ਦੇ ਨਾਲ। ਤਾਂ ਉੱਥੇ ਭਾਈ ਬਚਿੱਤਰ ਸਿੰਘ ਜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸਨ, ਜੋ ਕਿ ਬਾਬਾ ਅਜੀਤ ਸਿੰਘ ਜੀ ਦੇ ਨਾਲ ਇਸ ਅਸਥਾਨ 'ਤੇ ਆਏ ਅਤੇ ਗੁਰੂ ਜੀ ਨੇ ਆਪ ਵੀ ਉਹਨਾਂ ਦੀ ਮੱਲਮ ਪੱਟੀ ਕੀਤੀ ਅਤੇ ਉਹਨਾਂ ਨੂੰ ਇੱਥੇ ਰਹਿਣ ਲਈ ਆਖਿਆ। ਅਤੇ ਗੁਰੂ ਜੀ ਇੱਥੋਂ ਅੱਗੇ ਨਿਕਲ ਜਾਂਦੇ ਨੇ ਅਤੇ ਭਾਈ ਬਚਿੱਤਰ ਸਿੰਘ ਜੀ ਇਸ ਅਸਥਾਨ ਦੇ ਉੱਤੇ ਹੀ ਵਿਸ਼ਰਾਮ ਕਰਦੇ ਨੇ। ਅਤੇ ਰੋਪੜ ਦੇ ਸਰਦਾਰ ਨੂੰ ਕਿਸੇ ਨੇ ਖਬਰ ਦਿੱਤੀ ਕਿ ਇਸ ਕਿਲੇ ਦੇ ਵਿੱਚ ਸਿੰਘ ਆਏ ਹੋਏ ਨੇ, ਅਤੇ ਜਦੋਂ ਉਹ ਆਪਣੀਆਂ ਫੌਜਾਂ ਲੈ ਕੇ ਇੱਥੇ ਚੈਕਿੰਗ ਕਰਨ ਦੇ ਲਈ ਪਹੁੰਚਦਾ ਹੈ ਤਾਂ ਪੁੱਛਿਆ ਜਾਂਦਾ ਹੈ ਕਿ ਇਸ ਕਮਰੇ ਦੇ ਵਿੱਚ ਕੌਣ ਹੈ। ਤਾਂ ਨਿਹੰਗ ਖਾਂ ਦੀ ਧੀ ਉਸ ਸਮੇਂ ਭਾਈ ਬਚਿੱਤਰ ਸਿੰਘ ਜੀ ਦੀ ਮੱਲਮ ਪੱਟੀ ਕਰ ਰਹੀ ਹੁੰਦੀ ਹੈ, ਤਾਂ ਨਿਹੰਗ ਖਾਂ ਆਖ ਦਿੰਦਾ ਇੱਥੇ ਮੇਰੇ ਧੀ ਅਤੇ ਜਵਾਈ ਆਰਾਮ ਫਰਮਾ ਰਹੇ ਨੇ। ਇਹ ਸੁਣ ਕੇ ਸ਼ਰਮਿੰਦਾ ਹੋ ਕੇ ਇੱਥੋਂ ਦਾ ਸਰਦਾਰ ਵਾਪਸ ਚਲਾ ਜਾਂਦਾ। ਪਰ ਦੂਜਾ ਦਿਨ ਹੀ ਭਾਈ ਬਚਿੱਤਰ ਸਿੰਘ ਜੀ ਇਸ ਦੇਹ ਦਾ ਤਿਆਗ ਕਰਕੇ ਸੱਚਖੰਡ ਚਲੇ ਜਾਂਦੇ ਨੇ ਅਤੇ ਉਹਨਾਂ ਦਾ ਅੰਗੀਠਾ ਹੁਣ ਵੀ ਇਸ ਅਸਥਾਨ ਦੇ ਉੱਤੇ ਬਣਿਆ ਹੋਇਆ। ਅਤੇ ਬੀਬੀ ਮੁਮਤਾਜ਼ ਜੀ ਜੋ ਨਿਹੰਗ ਖਾਂ ਦੀ ਸਪੁੱਤਰੀ ਸੀ, ਉਹਨਾਂ ਨੇ ਫਿਰ ਸਾਰੀ ਉਮਰ ਵਿਆਹ ਨਹੀਂ ਕਰਵਾਇਆ। ਇਹ ਆਖ ਕੇ ਆਪਣੇ ਪਿਤਾ ਜੀ ਨੂੰ ਕਿ ਪਿਤਾ ਜੀ ਤੁਸੀਂ ਕਿਹਾ ਸੀ ਮੇਰੇ ਧੀ ਅਤੇ ਜਵਾਈ ਇਸ ਥਾਂ ਦੇ ਉੱਤੇ ਵਿਸ਼ਰਾਮ ਕਰ ਰਹੇ, ਇਸ ਕਰਕੇ ਹੁਣ ਮੈਂ ਵਿਆਹ ਨਹੀਂ ਕਰਾਉਣਾ। ਸੋ ਉਹਨਾਂ ਦਾ ਅਸਥਾਨ ਵੀ ਅੱਗੇ ਇੱਕ ਉੱਚੀ ਪਹਾੜੀ 'ਤੇ ਬਣਿਆ ਹੋਇਆ। ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਫਿਰ ਭਾਈ ਬਚਿੱਤਰ ਸਿੰਘ ਜੀ ਦੇ ਹੀ ਨਾਂ ਕਰ ਦਿੱਤੀ। ਸੋ ਇਹ ਬਹੁਤ ਵੱਡਾ ਇਤਿਹਾਸ ਹੈ। ਸੋ ਉਹ ਕਿਲੇ ਦੀਆਂ ਜੋ ਨਿਸ਼ਾਨੀਆਂ ਉਹ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ। ਅੱਜ ਵੀ ਉਹ ਕਿਲਾ ਜੋ ਇਸ ਥਾਂ ਦੇ ਉੱਤੇ ਉਸਦੇ ਕੁਝ ਅੰਸ਼ ਮੌਜੂਦ ਹੈ। ਇੱਕ ਵੱਡਾ ਕਿਲਾ ਇਸ ਥਾਂ ਦੇ ਉੱਤੇ ਬਣਿਆ ਹੋਇਆ ਸੀ। ਇੱਕ ਉੱਚਾ ਪਰਿਵਾਰ ਸੀ ਜਿਸਦਾ ਅਸਰ ਰਸੂਖ ਸੀ, ਜਾਇਦਾਦ ਸੀ। ਸੋ ਉਹ ਪਰਿਵਾਰ ਦਾ ਇਹ ਕਿਲਾ ਸੀ ਜਿਨ੍ਹਾਂ ਨੇ ਹਕੂਮਤ ਦੀ ਪਰਵਾਹ ਨਾ ਕਰਦਿਆਂ ਹੋਇਆ ਗੁਰੂ ਸਾਹਿਬ ਦਾ ਉਸ ਸਮੇਂ ਵੀ ਸਾਥ ਨਿਭਾਇਆ। ਸੋ ਪੁਰਾਤਨ ਇੱਟ ਉਸੇ ਤਰ੍ਹਾਂ ਦੀ ਅੱਜ ਵੀ ਦਿਖਾਈ ਦਿੰਦੀ ਹੈ, ਹਾਲਾਂਕਿ ਹਾਲਤ ਹੁਣ ਉੱਦਾਂ ਦੀ ਨਹੀਂ ਰਹੀ, ਸਾਰਾ ਕਿਲਾ ਢਹਿ ਚੁੱਕਿਆ। ਪਰ ਕੁਝ ਕੁਝ ਅੰਸ਼ ਇਸ ਕਿਲੇ ਦੇ ਅਜੇ ਵੀ ਮੌਜੂਦ ਹੈ ਜੋ ਉਸ ਇਤਿਹਾਸ ਦੀ ਗਵਾਹੀ ਭਰਦੇ ਨੇ। ਇਹ ਉਹੀ ਇੱਟਾਂ, ਉਹੀ ਇਹ ਦੀਵਾਰਾਂ ਜਿਨ੍ਹਾਂ ਨੂੰ ਕਦੇ ਗੁਰੂ ਸਾਹਿਬ ਨੇ ਇੱਥੇ ਚਰਨ ਪਾ ਕੇ ਪਵਿੱਤਰ ਕੀਤਾ ਹੋਵੇਗਾ, ਉਹ ਯਾਦਾਂ ਅੱਜ ਵੀ ਇਹਨਾਂ ਕੰਧਾਂ ਦੇ ਵਿੱਚ, ਇਹਨਾਂ ਦੀਵਾਰਾਂ ਦੇ ਵਿੱਚ ਸਮੋਈਆਂ ਹੋਈਆਂ। ਜੇ ਕੰਧਾਂ ਬੋਲਦੀਆਂ ਹੁੰਦੀਆਂ ਤਾਂ ਸ਼ਾਇਦ ਜ਼ਰੂਰ ਬੋਲ ਕੇ ਉਹ ਇਤਿਹਾਸ ਦੱਸਦੀਆਂ। ਸੋ ਅੱਜ ਵੀ ਜਿੱਥੇ ਇਹ ਕਿਲੇ ਦੀ ਕੁਝ ਨਿਸ਼ਾਨੀਆਂ ਇਸ ਥਾਂ ਦੇ ਉੱਤੇ ਮੌਜੂਦ ਹੈ, ਤਾਂ ਉਸਦੇ ਨਾਲ ਹੀ ਬਹੁਤ ਹੀ ਵੱਡੀਆਂ ਇਤਿਹਾਸਿਕ ਨਿਸ਼ਾਨੀਆਂ
ਇਸ ਥਾਂ ਦੇ ਉੱਤੇ ਮੌਜੂਦ ਨੇ। ਕਿਲ੍ਹੇ ਬਾਰੇ ਆਪ ਜੀ ਨੂੰ ਹੋਰ ਵੀ ਵਿਸਥਾਰ ਦੇ ਵਿੱਚ ਤਸਵੀਰਾਂ ਦੇ ਵਿੱਚ ਉੱਤੇ ਜਾ ਕੇ ਵੀ ਤਸਵੀਰਾਂ ਲੈ ਕੇ ਅਸੀਂ ਵਿੱਚ ਜੋੜ ਕੇ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਕਿਲ੍ਹੇ ਦੀ ਜੋ ਬਣਾਵਟ ਕੀਤੀ ਗਈ ਹੈ। ਪਰ ਉਸ ਤੋਂ ਇਲਾਵਾ ਇੱਕ ਖੂਹ ਹੈ ਇਸ ਥਾਂ ਦੇ ਉੱਤੇ, ਇਹ ਉਹ ਖੂਹ ਹੈ ਜਿਹੜਾ ਕਿ ਛੇ ਪਾਤਸ਼ਾਹੀਆਂ ਦੇ ਨਾਲ ਸੰਬੰਧਿਤ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ 52 ਰਾਜਿਆਂ ਨੂੰ ਕੈਦ ਦੇ ਵਿੱਚੋਂ ਛੁਡਾ ਕੇ ਲੈ ਕੇ ਆ ਰਹੇ ਸਨ, ਵਾਪਸ ਪਰਤ ਰਹੇ ਸਨ, ਤਾਂ ਗੁਰੂ ਸਾਹਿਬ ਨੇ 52 ਰਾਜਿਆਂ ਸਮੇਤ ਇਸ ਖੂਹ ਦੇ ਵਿੱਚ ਇਸ਼ਨਾਨ ਕੀਤਾ ਸੀ। ਉਸ ਸਮੇਂ ਇੱਥੋਂ ਦੇ ਰਹਿਣ ਵਾਲੇ ਜਾਂ ਕਹਿ ਲਈਏ ਨਿਹੰਗ ਖਾਂ ਦੇ ਪੂਰਵਜ ਜਿਹੜੇ ਸੀ, ਉਹਨਾਂ ਨੇ ਕਿਹਾ ਕਿ ਸਾਡੇ ਘਰ ਕੋਈ ਔਲਾਦ ਨਹੀਂ, ਕਿਰਪਾ ਕਰੋ ਸਾਨੂੰ ਔਲਾਦ ਦੀ ਬਖਸ਼ਿਸ਼ ਕਰੋ। ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਹਾਨੂੰ ਔਲਾਦ ਦੀ ਬਖਸ਼ਿਸ਼ ਹੋਵੇਗੀ, ਪਰ ਜਦੋਂ 40 ਦਿਨ ਦੇ ਹੋ ਜਾਣਗੇ ਤਾਂ ਤੁਸੀਂ ਉਸ ਬੱਚੇ ਨੂੰ ਲੈ ਕੇ ਸਾਡੇ ਕੋਲ ਆਉਣਾ। ਉਸੇ ਤਰ੍ਹਾਂ ਇਹ ਪਰਿਵਾਰ ਲੈ ਕੇ ਗਿਆ ਸੀ, ਅਤੇ ਗੁਰੂ ਜੀ ਨੇ ਹੀ ਉਸ ਬੱਚੇ ਦਾ ਨਾਂ ਵੀ ਨਿਹੰਗ ਖਾਂ ਰੱਖਿਆ ਸੀ, ਉਸ ਨੂੰ ਇੱਕ ਸ਼ਸਤਰ ਅਤੇ ਇੱਕ ਚੋਲਾ ਭੇਟ ਕੀਤਾ ਸੀ। ਸੋ ਉਸ ਤੋਂ ਬਾਅਦ ਵੀ ਗੁਰੂ ਹਰਿਰਾਏ ਸਾਹਿਬ ਦੱਸਿਆ ਜਾਂਦਾ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਦੋਂ ਇੱਥੋਂ ਦਿੱਲੀ ਵੱਲ ਨੂੰ ਕੂਚ ਕਰਦੇ ਆ, ਉਹ ਵੀ ਇਸ ਥਾਂ ਦੇ ਉੱਤੇ ਇਸ਼ਨਾਨ ਕਰਕੇ ਗਏ ਸੀ। ਪਰ ਉਸ ਤੋਂ ਬਾਅਦ ਇਹ ਪਰਿਵਾਰ ਇੰਨਾ ਕੁ ਗੁਰੂ ਸਾਹਿਬ ਦਾ ਸ਼ਰਧਾਲੂ ਹੋ ਗਿਆ ਕਿ ਗੁਰੂ ਸਾਹਿਬ ਸਮੇਂ ਦੇ ਉੱਤੇ ਜਦੋਂ ਭੰਗਾਣੀ ਦਾ ਜੰਗ ਜਿੱਤ ਕੇ ਆਉਂਦੇ ਉਸ ਸਮੇਂ ਵੀ ਇੱਥੋਂ ਵਾਪਸ ਹੋ ਕੇ ਗੁਜ਼ਰਦੇ ਆ। ਅਤੇ ਇਹ ਵੀ ਦੱਸਿਆ ਜਾਂਦਾ ਕੁਰਕਸ਼ੇਤਰ ਤੋਂ ਇੱਕ ਸਮੇਂ ਵਾਪਸੀ ਵੀ ਗੁਰੂ ਸਾਹਿਬ ਆਏ, ਨਿਹੰਗ ਖਾਂ ਦੇ ਪੁੱਤਰ ਦੇ ਮੰਗਣੀ ਦੇ ਉੱਤੇ ਵੀ ਗੁਰੂ ਸਾਹਿਬ ਆਏ, ਅਤੇ ਜਦੋਂ ਫਿਰ ਅਨੰਦਪੁਰ ਦਾ ਕਿਲ੍ਹਾ ਛੱਡ ਕੇ ਗੁਰੂ ਸਾਹਿਬ ਜਾ ਰਹੇ ਸੀ ਤਾਂ ਉਦੋਂ ਵੀ ਇਸ ਥਾਂ ਦੇ ਉੱਤੇ ਚਰਨ ਪਾ ਕੇ ਇਸ ਥਾਂ ਦੇ ਉੱਤੇ ਆਸਣ ਲਗਾ ਕੇ ਨਿਹੰਗ ਖਾਂ ਨੂੰ ਮਿਲ ਕੇ ਫਿਰ ਅੱਗੇ ਗਏ ਸੀ। ਸੋ ਅੱਜ ਭਾਈ ਬਚਿੱਤਰ ਸਿੰਘ ਹੋਰੀ ਜਿਨ੍ਹਾਂ ਨੇ ਕਿ ਇੱਥੇ ਸ਼ਹਾਦਤ ਦਾ ਜਾਮ ਪੀਤਾ, ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸੀ, ਮਲਕਪੁਰ ਰੰਗੜਾਂ ਵਿਖੇ ਰੰਗੜਾਂ ਦੇ ਨਾਲ ਮੱਥਾ ਲਾਉਂਦੇ ਹੋਏ ਜਿਨ੍ਹਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਜੀ ਇੱਥੇ ਲੈ ਕੇ ਆਏ ਸੀ, ਉਹਨਾਂ ਨੇ ਇਸ ਥਾਂ ਦੇ ਉੱਤੇ ਸੱਚਖੰਡ ਪਿਆਨਾ ਕੀਤਾ। ਸੋ ਅੱਜ ਅੰਗੀਠਾ ਸਾਹਿਬ ਭਾਈ ਬਚਿੱਤਰ ਸਿੰਘ ਜੀ ਦਾ ਇਸ ਥਾਂ ਦੇ ਉੱਤੇ ਬਣਿਆ ਹੋਇਆ, ਜਿਨ੍ਹਾਂ ਦੀ ਯਾਦ ਦੇ ਵਿੱਚ ਬੀਬੀ ਮੁਮਤਾਜ਼ ਜੀ ਜਿਹੜੇ ਕਿ ਫਿਰ ਸਦਾ ਉਹਨਾਂ ਨੇ ਆਪਣਾ ਜੀਵਨ ਹੀ ਲਗਾ ਦਿੱਤਾ। ਸੋ ਅੰਗੀਠਾ ਸਾਹਿਬ ਦਾ ਸਥਾਨ ਆਪ ਜੀ ਨੂੰ ਅਸੀਂ ਦਰਸ਼ਨ ਕਰਾ ਦਿੰਦੇ ਹਾਂ। ਅੱਜ ਵੀ ਅੰਗੀਠਾ ਸਾਹਿਬ ਇਸ ਸਥਾਨ ਦੇ ਉੱਤੇ ਮੌਜੂਦ ਹੈ। ਦੱਸਿਆ ਜਾਂਦਾ ਹੈ ਕਿ 7 ਪੋਹ ਦੀ ਰਾਤ ਨੂੰ, 6 ਪੋਹ ਦੀ ਰਾਤ ਨੂੰ ਗੁਰੂ ਸਾਹਿਬ ਜੀ ਨੇ ਇਹ ਕਿਲ੍ਹਾ ਛੱਡਿਆ ਸੀ, ਅਤੇ 7 ਪੋਹ ਦਾ ਜੋ ਦਿਨ ਚੜ੍ਹਦਾ ਆਸਾ ਦੀ ਵਾਰ ਵਿਛੋੜਾ ਸਾਹਿਬ, ਪਰਿਵਾਰ ਵਿਛੋੜਾ ਸਾਹਿਬ ਦੇ ਸਥਾਨ ਦੇ ਉੱਤੇ ਕੀਤੀ ਜਾਂਦੀ, ਉਸ ਤੋਂ ਬਾਅਦ ਗੁਰੂ ਜੀ ਅੱਗੇ ਆਉਂਦੇ ਨੇ, ਅਤੇ 7 ਪੋਹ ਨੂੰ ਹੀ ਭਾਈ ਬਚਿੱਤਰ ਸਿੰਘ ਜੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਸੱਚਖੰਡ ਚਲੇ ਜਾਂਦੇ ਨੇ। ਅਤੇ ਇਹ ਅੰਗੀਠਾ ਇੱਥੇ ਸੰਸਕਾਰ ਭਾਈ ਬਚਿੱਤਰ ਸਿੰਘ ਜੀ ਦਾ ਹੋਇਆ, ਅਤੇ ਬੀਬੀ ਮੁਮਤਾਜ਼ ਜੀ ਦਾ ਜੋ ਅਸਥਾਨ ਹੈ ਉਹ ਰੋਪੜ ਤੋਂ ਕੁਝ ਹਟ ਕੇ ਇੱਕ ਪਹਾੜੀ ਦੇ ਉੱਤੇ ਬਣਿਆ ਹੋਇਆ। ਸੋ ਇਹ ਅਸਥਾਨ ਹੈ ਜੋ ਕਿ ਜਿਸ ਦੀ ਇਤਿਹਾਸਿਕ ਮਹੱਤਤਾ ਬਹੁਤ ਜ਼ਿਆਦਾ, ਜਿੱਥੇ 5 ਪਾਤਸ਼ਾਹੀਆਂ ਦੇ ਚਰਨ ਪਏ ਹੋਣ, ਜਿੱਥੇ ਇੱਕ ਮੁਸਲਮਾਨ ਜੋ ਗੁਰੂ ਘਰ ਦਾ ਸ਼ਰਧਾਲੂ ਨਿਹੰਗ ਖਾਂ ਉਸਦੀ ਐਡੀ ਵੱਡੀ ਕੁਰਬਾਨੀ ਹੋਵੇ, ਅਤੇ ਜਿੱਥੇ ਭਾਈ ਬਚਿੱਤਰ ਸਿੰਘ ਜੀ ਹੋਰਾਂ ਦਾ ਅੰਗੀਠਾ ਬਣਿਆ ਹੋਵੇ, ਜਿੱਥੇ ਉਹ ਕਿਲ੍ਹਾ ਹੋਵੇ, ਉਹ ਕਿਲ੍ਹੇ ਦੀਆਂ ਦੀਵਾਰਾਂ ਹੋਣ, ਅੱਜ ਵੀ ਉਸ ਸਮੇਂ ਦੀ ਗਵਾਹੀ ਭਰਦੀਆਂ ਹੋਣ। ਇਸ ਥਾਂ ਦੇ ਉੱਤੇ ਬਹੁਤ ਸਾਰੀ ਸੰਗਤਾਂ ਨੂੰ ਨਹੀਂ ਪਤਾ ਕਿ ਥਾਂ ਕਿੱਥੇ ਹੈ। ਰੋਪੜ ਦੇ ਵਿੱਚ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ, ਇਹ ਕੋਟਲਾ ਨਿਹੰਗ ਖਾਂ ਪਿੰਡ ਦੇ ਨਾਲ ਹੀ ਬਣਿਆ ਹੋਇਆ। ਸੋ ਇਸ ਪਿੰਡ ਦੇ ਵਿੱਚ ਆ ਕੇ ਸੰਗਤ ਜ਼ਰੂਰ ਇਸ ਅਸਥਾਨ ਦੇ ਦਰਸ਼ਨ ਕਰੇ, ਤਾਂ ਕਿ ਸਾਨੂੰ ਇਸ ਅਸਥਾਨ ਦੀ ਮਹੱਤਤਾ ਬਾਰੇ ਅਸੀਂ ਪੂਰੇ ਸੰਸਾਰ ਨੂੰ, ਪੂਰੀ ਦੁਨੀਆ ਨੂੰ ਦੱਸ ਸਕੀਏ ਜੀ। ਸੋ ਇੱਕ ਵੱਡੀ ਇਮਾਰਤ ਹੁਣ ਗੁਰਦੁਆਰਾ ਸਾਹਿਬ ਦੀ ਵੀ ਬਣੀ ਹੋਈ ਹੈ, ਜਿੱਥੇ ਉਹ ਕਿਲ੍ਹੇ ਦੀਆਂ ਅਜੇ ਨਿਸ਼ਾਨੀਆਂ ਮੌਜੂਦ ਹੈ, ਤਾਂ ਉਸਦੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਹੋਈ ਹੈ। ਇਸ ਸਮੇਂ
ਇਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਜੋ ਇਸ ਥਾਂ ਦੀ ਕਮੇਟੀ ਦੇ ਹੱਥ ਦੇ ਵਿੱਚ ਆ ਜਿੱਥੇ, ਤਾਂ ਉਸਦੇ ਨਾਲ ਹੀ ਕਿਲ੍ਹੇ ਦਾ ਪ੍ਰਬੰਧ ਜਿੱਥੇ ਕਿ ਕਿਲ੍ਹੇ ਦੇ ਉੱਤੇ ਪਹਿਲਾਂ ਬਹੁਤ ਸਾਰੇ ਕਬਜ਼ੇ ਕੀਤੇ ਗਏ ਸੀ, ਸੋ ਸੰਗਤ ਨੇ ਉਹ ਕਬਜ਼ੇ ਛਡਾ ਕੇ ਉਹ ਪ੍ਰਬੰਧ ਹੁਣ ਨਿਹੰਗ ਸਿੰਘਾਂ ਨੂੰ ਸੌਂਪਿਆ। ਸੋ ਜ਼ਰੂਰ ਆਓ ਅਤੇ ਇਸ ਜਿੱਥੇ ਇਸ ਕਿਲ੍ਹੇ ਦੇ ਦਰਸ਼ਨ ਕਰੋ, ਇਤਿਹਾਸਿਕ ਨਿਸ਼ਾਨੀਆਂ ਦੇ ਦਰਸ਼ਨ ਕਰੋ ਅਤੇ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ, ਪੰਜ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ ਦੇ ਦਰਸ਼ਨ ਜ਼ਰੂਰ ਕਰੀਏ ਜੀ। ਸੋ ਜਿੱਥੇ ਕਿਲ੍ਹੇ ਦਾ ਇਹ ਹਿੱਸਾ ਜੋ ਆਪ ਜੀ ਨੂੰ ਅਸੀਂ ਹੇਠਾਂ ਤੋਂ ਦਿਖਾ ਰਹੇ ਸੀ, ਗੁਰਦੁਆਰਾ ਸਾਹਿਬ ਤੋਂ ਉੱਪਰ ਦਿਖਾਈ ਦਿੰਦਾ ਹੈ, ਤਾਂ ਉਸਦੇ ਨਾਲ ਹੀ ਕਿਲ੍ਹੇ ਦਾ ਦੂਸਰਾ ਹਿੱਸਾ ਵੀ ਹੈ। ਇੱਕ ਬਹੁਤ ਆਲੀਸ਼ਾਨ ਅਤੇ ਵੱਡਾ ਇਹ ਕਿਲ੍ਹਾ ਸੀ, ਜਿਸ ਦੇ ਵਿੱਚ ਉਹ ਮੁਗਲ ਕਾਲ ਦੇ ਖੂਬਸੂਰਤੀ ਵੀ ਦਿਖਾਈ ਦਿੰਦੀ ਹੈ। ਚੂਨੇ ਅਤੇ ਵਿੱਚ ਜਿਹੜੀ ਇਹ ਚਿਣਾਈ ਹੋਈ ਹੋਈ ਹੈ, ਅਤੇ ਤੁਸੀਂ ਇੱਥੇ ਦੇਖੋਗੇ ਕਿ ਕਲਾ ਦੇ ਪੱਖ ਤੋਂ ਜੇ ਦੇਖਿਆ ਜਾਵੇ ਤਾਂ ਬਹੁਤ ਬਿਹਤਰੀਨ ਕੰਮ ਇਸ ਕਿਲ੍ਹੇ ਦੇ ਵਿੱਚ ਹੋਇਆ। ਉੱਤੇ ਅੱਜ ਵੀ ਉਹ ਗੁਲਾਈਆਂ ਨਜ਼ਰ ਆਉਂਦੀਆਂ, ਆਲੇ ਨਜ਼ਰ ਆਉਂਦੇ ਆ, ਜਿਸ ਤਰ੍ਹਾਂ ਇਹ ਕੋਈ ਕਮਰਾ ਹੋਵੇਗਾ। ਪੂਰੀ ਜਾਣਕਾਰੀ ਇਸ ਦੇ ਬਾਬਤ ਅਜੇ ਨਹੀਂ, ਪਰ ਤੁਹਾਨੂੰ ਅਸਲ ਉਹ ਨਿਵਾਸ ਦਿਖਾਉਂਦੇ ਹਾਂ ਜਿਹੜੇ ਕਮਰਿਆਂ ਦੇ ਵਿੱਚ, ਜਿਹੜੇ ਕਿਲ੍ਹੇ ਦਾ ਉਹ ਥਾਂ ਸੀ ਜਿੱਥੇ ਨਿਵਾਸ ਕੀਤਾ ਜਾਂਦਾ ਸੀ। ਸੋ ਅੱਜ ਬਾਹਰੋਂ ਬੇਸ਼ੱਕ ਤੁਸੀਂ ਇਸ ਦੇ ਉੱਤੇ ਪਲਸਤਰ ਦੇਖ ਰਹੇ ਹੋ, ਅੱਜ ਇਹ ਬੁੱਢਾ ਦਲ ਦੀ ਸੇਵਾ ਦੇ ਅੰਡਰ ਹੈ, ਪਰ ਪਲਸਤਰ ਦੇ ਥੱਲੇ ਤੁਹਾਨੂੰ ਉਸੇ ਤਰ੍ਹਾਂ ਦੀ ਸਰਹੰਦੀ ਇੱਟ ਦੀ ਚਿਣਾਈ ਨਜ਼ਰ ਆਏਗੀ, ਪਰਨਾਲੇ ਨਜ਼ਰ ਆਉਣਗੇ। ਅਤੇ ਜੇ ਇਸ ਦੇ ਅੰਦਰ ਜਾਈਏ ਤਾਂ ਇਹ ਗੁਲਾਈਆਂ ਜੋ ਮੁਗਲ ਕਾਲ ਦੀ ਗਵਾਹੀ ਭਰਦੀਆਂ ਕਿ ਉਹ ਆਰਕੀਟੈਕਚਰ ਜੋ ਮੁਗਲ ਕਾਲ ਦੇ ਵਿੱਚ ਹੁੰਦਾ ਸੀ ਉਸੇ ਤਰ੍ਹਾਂ ਦੀਆਂ ਗੁਲਾਈਆਂ, ਇਹ ਐਂਟਰੀ ਅੰਦਰ ਜਾਣ ਦਾ ਰਸਤਾ। ਅਤੇ ਉਸ ਦੇ ਅੰਦਰ ਤੁਸੀਂ ਦੇਖੋਗੇ ਕਿ ਕਿੰਨਾ ਆਲੀਸ਼ਾਨ ਹੋਵੇਗਾ ਇਹ ਕਿਲ੍ਹਾ, ਗਵਾਹੀ ਭਰਦਾ ਹੈ ਉਹਨਾਂ ਸਮਿਆਂ ਦੇ ਵਿੱਚ ਵੀ ਕਿੰਨੇ ਵੱਡੇ ਉਹ ਸਰਦਾਰ ਹੋਣਗੇ, ਕਿੰਨਾ ਅਸਰ ਰਸੂਖ ਹੋਵੇਗਾ। ਸੋ ਇਹ ਚਿਣਾਈ ਜੋ ਸਰਹੰਦੀ ਇੱਟ ਕਹਿ ਲੈਂਦੇ ਹਾਂ ਅਸੀਂ, ਜਾਂ ਨਾਨਕਸ਼ਾਹੀ ਇੱਟ ਕਹਿ ਲੈਂਦੇ ਹਾਂ, ਉਸ ਦੀ ਚਿਣਾਈ ਚੂਨੇ ਦੀ ਚਿਣਾਈ ਹੈ, ਆਲੇ ਹੈ, ਉੱਤੇ ਸ਼ਤੀਰ ਪਏ ਹੋਏ ਆ, ਅੱਜ ਵੀ ਉੱਤੇ ਬਾਲਿਆਂ ਦੀ ਛੱਤ ਅਤੇ ਉੱਤੇ ਲੱਗੀ ਹੋਈ ਟਾਇਲ ਉਹ ਸਮਿਆਂ ਦੀ ਗਵਾਹੀ ਭਰਦੀ ਹੈ। ਅੱਜ ਵੀ ਉਹੀ ਲੱਕੜ ਦੀਆਂ ਚਗਾਠਾਂ ਜੋ ਇਸ ਥਾਂ ਦੇ ਉੱਤੇ ਲੱਗੀਆਂ ਹੋਈਆਂ, ਅਤੇ ਉਸ ਤੋਂ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਦੂਸਰੀ ਮੰਜ਼ਿਲ ਦਾ ਹਿੱਸਾ ਜੋ ਦਿਖਾਈ ਦੇ ਰਿਹਾ ਇਸ ਪਾਸੇ ਤੋਂ ਹੁਣ ਵੀ। ਬੇਸ਼ੱਕ ਹੇਠਾਂ ਵਾਲੀ ਛੱਤ ਢਹਿ ਚੁੱਕੀ ਹੈ, ਅਤੇ ਇਹ ਦੋ ਮੰਜ਼ਿਲੀ ਥਾਂ ਸੀ। ਇਸ ਦੇ ਨਾਲ ਹੀ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਕਿ ਫਿਰ ਤਿੰਨ ਦਰਵਾਜ਼ੇ ਇਸ ਥਾਂ ਦੇ ਉੱਤੇ ਨੇ, ਉਸ ਤੋਂ ਇਲਾਵਾ ਆਲੇ ਜਿੱਥੇ ਬਣੇ ਹੋਏ ਆ, ਤਾਂ ਉਸਦੇ ਨਾਲ ਹੀ ਸਮਾਨ ਵਗੈਰਾ ਰੱਖਣ ਦੇ ਲਈ ਕੁਝ ਅਲਮਾਰੀਆਂ ਵੀ ਬਣੀਆਂ ਹੋਈਆਂ। ਇਸ ਪਾਸੇ ਵੀ ਦਰਵਾਜ਼ਿਆਂ ਨੂੰ ਸਮੇਂ ਅਨੁਸਾਰ ਬੰਦ ਕਰ ਦਿੱਤਾ ਗਿਆ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਫਿਰ ਕੁਝ ਸਮੇਂ ਤੋਂ ਲੋਕਾਂ ਦੇ ਕਬਜ਼ੇ ਹੇਠ ਹੀ ਸੀ ਕਿਲ੍ਹਾ, ਜਿਸ ਕਰਕੇ ਇਸਦੀ ਸਾਂਭ ਸੰਭਾਲ ਨਹੀਂ ਹੋ ਸਕੀ। ਤਾਂ ਜਿੱਥੇ ਇਸ ਪਾਸੇ ਵੱਲ ਇੱਕ ਹਾਲ ਨਜ਼ਰ ਆਉਂਦਾ ਕਿ ਵੱਡਾ ਕਮਰਾ ਸੀ ਜਿਸ ਨੂੰ ਤਿੰਨ ਦਰਵਾਜ਼ੇ ਸੀ, ਉੱਤੇ ਸ਼ਤੀਰ ਜੋ ਲੱਕੜ ਦੇ ਸ਼ਤੀਰ ਪਏ ਹੋਏ ਸੀ, ਭਾਵੇਂ ਬਾਅਦ ਵਿੱਚ ਮੁਰੰਮਤ ਕਰਕੇ ਇੱਕ ਦੋ ਗਾਡਰ ਵੀ ਇਸ ਥਾਂ ਦੇ ਉੱਤੇ ਲੱਗੇ ਹੋਏ ਦਿਖਾਈ ਦੇ ਰਹੇ ਨੇ, ਪਰ ਜੋ ਲੱਕੜ ਦੇ ਪੁਰਾਣੇ ਸ਼ਤੀਰ ਆ ਉਹਨਾਂ ਦੇ ਵਿੱਚ ਲੱਗੇ ਹੋਏ ਇਹ ਕੁੰਡੇ ਉਹ
ਸਮੇਂ ਦੀ ਗਵਾਹੀ ਭਰਦੇ ਆ। ਬੇਸ਼ੱਕ ਕਿਉਂਕਿ ਜਦੋਂ ਕਿਸੇ ਹੋਰ ਦੇ ਕਬਜ਼ੇ ਦੇ ਵਿੱਚ ਇਹ ਕਿਲ੍ਹਾ ਰਿਹਾ ਹੋਵੇਗਾ ਤਾਂ ਥੋੜ੍ਹੀਆਂ ਬਹੁਤ ਤਬਦੀਲੀਆਂ ਹੋਈਆਂ ਹੋਣਗੀਆਂ, ਪਰ ਉਹ ਜੋ ਉੱਤੇ ਦਰਵਾਜ਼ੇ ਲੱਗੇ ਹੋਏ ਆ ਆਲੇ ਆ ਉਹ ਬਿਲਕੁਲ ਉਸ ਸਮੇਂ ਦੀ ਗਵਾਹੀ ਭਰਦੇ ਆ ਕਿ ਉਸੇ ਤਰ੍ਹਾਂ ਦੇ ਇੰਨ ਬਿੰਨ ਉਹੀ ਆਰਕੀਟੈਕਚਰ, ਉਹੀ ਸਾਰਾ ਕੁਝ ਜੋ ਅਭਾਸ ਕਰਾਉਂਦਾ, ਕਿੱਲੀਆਂ ਲੱਗੀਆਂ ਹੋਈਆਂ ਲੱਕੜ ਦੀਆਂ। ਪਰ ਇੱਕ ਹੋਰ ਖਾਸ ਗੱਲ ਜੋ ਆਪ ਜੀ ਨੂੰ ਅਸੀਂ ਦਿਖਾਉਣੀ ਹੈ ਉਹ ਇਹ ਹੈ, ਬਹੁਤ ਸਾਰੇ ਲੋਕ ਸ਼ਾਇਦ ਹੁਣ ਇਸ ਦਾ ਅੰਦਾਜ਼ਾ ਨਾ ਲਾ ਸਕਣ, ਪਰ ਦੱਸਿਆ ਜਾਂਦਾ ਅਨਾਜ ਭਰਨ ਦੇ ਲਈ ਇਹ ਕੋਠੀਆਂ, ਪਹਿਲਾਂ ਭੜੋਲੇ ਲਿਪੇ ਜਾਂਦੇ ਸੀ, ਅਨਾਜ ਰੱਖਣ ਦੇ ਲਈ ਕੋਠੀਆਂ ਬਣਾਈਆਂ ਜਾਂਦੀਆਂ ਸੀ। ਸੋ ਅਨਾਜ ਰੱਖਣ ਦੇ ਲਈ ਅੱਜ ਕੱਲ੍ਹ ਸਾਡੇ ਕੋਲ ਢੋਲ ਆ ਗਏ ਅਤੇ ਅਸੀਂ ਢੋਲਾਂ ਦੇ ਵਿੱਚ ਜਾਂ ਡਰੰਮੀਆਂ ਦੇ ਵਿੱਚ ਆਪਣਾ ਅਨਾਜ ਸਟੋਰ ਕਰਨਾ ਸ਼ੁਰੂ ਕਰ ਦਿੱਤਾ, ਖਾਣ ਯੋਗ ਜੋ ਰਾਸ਼ਨ ਅਸੀਂ ਰੱਖਦੇ ਅਨਾਜ ਦੇ ਦਾਣੇ ਰੱਖਦੇ ਹਾਂ। ਪਰ ਉਸ ਸਮੇਂ ਇਹ ਬਣਾਈਆਂ ਗਈਆਂ ਸੀ ਅਤੇ ਉਸ ਦੇ ਨਾਲ ਹੀ ਮੈਂ ਆਪ ਜੀ ਨੂੰ ਦਰਸ਼ਨ ਕਰਾ ਦੇਵਾਂ ਕਿ ਰਸੋਈ ਹੈ, ਇਹ ਰਸੋਈ ਜਿੱਥੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਸੀ। ਸੋ ਆਪ ਜੀ ਦੇਖ ਰਹੇ ਹੋ ਕਿ ਇਹ ਹਾਲਾਂਕਿ ਬਾਅਦ ਵਿੱਚ ਕਿਸ ਤਰ੍ਹਾਂ ਇਹਨੂੰ ਵਰਤਿਆ ਗਿਆ ਜਾਂ ਪਹਿਲਾਂ ਕੀ ਵਰਤਿਆ ਗਿਆ, ਬਹੁਤ ਜ਼ਿਆਦਾ ਇਤਿਹਾਸਿਕ ਤੱਥ ਮੇਰੇ ਕੋਲ ਇਸ ਸਮੇਂ ਗੱਲ ਕਰਨ ਲਈ ਨਹੀਂ ਹੈ ਅਤੇ ਨਾ ਹੀ ਕੋਈ ਇਸ ਸਮੇਂ ਕੋਈ ਸ਼ਖਸ ਮੌਜੂਦ ਹੈ ਜੋ ਵਿਸਤ੍ਰਿਤ ਜਾਣਕਾਰੀ ਦੇ ਸਕੇ। ਪਰ ਜੋ ਹਵਾਲੇ ਅਸੀਂ ਇਤਿਹਾਸਿਕ ਪੁਸਤਕਾਂ ਦੇ ਵਿੱਚ ਪੜ੍ਹ ਕੇ ਸਮਝੇ ਆ ਉਹ ਆਪ ਜੀ ਨੂੰ ਅਸੀਂ ਦਰਸਾ ਰਹੇ ਹਾਂ। ਸੋ ਸਾਰੀ ਚੀਜ਼ਾਂ ਇੱਥੋਂ ਨਜ਼ਰ ਆਉਂਦੀਆਂ ਜੋ ਸਾਡੇ ਵਿਰਸੇ ਦੇ ਰਿਹਾ। ਸੋ ਇਹ ਕੁੰਡੀ ਤੁਸੀਂ ਦੇਖ ਰਹੇ ਹੋ, ਉਖਲੀ ਕਹਿ ਲਓ, ਜਾਂ ਜਿਸ ਦੇ ਵਿੱਚ ਰਸੋਈ ਦੇ ਵਿੱਚ ਜਦੋਂ ਲੰਗਰ ਤਿਆਰ ਕੀਤਾ ਜਾਂਦਾ ਸੀ, ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਸੀ ਅਕਸਰ, ਇਹ ਅਸੀਂ ਪੁਰਾਣੇ ਘਰਾਂ ਦੇ ਵਿੱਚ ਦੇਖਦੇ ਹਾਂ। ਸੋ ਇਹ ਪਿਛਲਾ ਹਿੱਸਾ ਸੀ ਜੋ ਕਬਜ਼ੇ ਦੇ ਵਿੱਚ ਆਉਣ ਤੋਂ ਬਾਅਦ ਲੋਕਾਂ ਦੇ ਕਬਜ਼ੇ ਦੇ ਵਿੱਚ ਆ ਗਿਆ ਅਤੇ ਉਹਨਾਂ ਨੇ ਇੱਥੇ ਛੱਤ ਲਿਆ ਇਹਨਾਂ ਨੂੰ, ਤਾਂ ਉਸ ਤੋਂ ਬਾਅਦ ਇਹ ਇਮਾਰਤਾਂ ਛਡਾਉਣੀਆਂ ਵੀ ਬਹੁਤ ਔਖੀਆਂ ਹੋਈਆਂ। ਕੁਝ ਕਮਰੇ ਇਸ ਪਾਸੇ ਵੱਲ ਵੀ ਬਣੇ ਹੋਏ ਆ ਉਹੀ ਇੱਟ ਦੇ ਉਸੇ ਤਰ੍ਹਾਂ, ਅਤੇ ਅੰਦਰ ਆ ਕੇ ਤੁਸੀਂ ਦਰਸ਼ਨ ਕਰ ਸਕਦੇ ਹੋ ਕਿ ਬਾਅਦ ਵਿੱਚ ਸ਼ਾਇਦ ਇਹਨਾਂ ਦੀ ਕੋਈ ਮੁਰੰਮਤ ਵੀ ਕੀਤੀ ਗਈ ਜਾਂ ਰਹਿਣ ਯੋਗ ਬਾਅਦ ਦੇ ਹਿਸਾਬ ਨਾਲ ਬਣਾਇਆ ਗਿਆ ਹੋਵੇ। ਪਰ ਫਿਰ ਵੀ ਇਹ ਪੁਰਾਣੇ ਕਮਰੇ ਆ ਅਤੇ ਉਸੇ ਇਤਿਹਾਸ ਦੇ ਨਾਲ ਸੰਬੰਧਿਤ, ਹਾਲਾਂਕਿ ਉਹ ਹੁਣ ਖੋਜ ਦਾ ਵਿਸ਼ਾ ਹੈ ਕਿ ਗੁਰੂ ਸਾਹਿਬ ਜੇਕਰ ਇੱਥੇ 3 ਵਾਰ ਆਏ ਆ ਤਾਂ ਹੋ ਸਕਦਾ ਚੱਪੇ ਚੱਪੇ ਦੇ ਉੱਤੇ ਗੁਰੂ ਸਾਹਿਬ ਦੇ ਇਸ ਥਾਂ ਦੇ ਉੱਤੇ ਚਰਨ ਪਏ ਹੁਣ। ਸੋ ਕੁਝ ਇਸ ਪਾਸੇ ਵੱਲ ਵੀ ਕਮਰੇ ਬਣੇ ਹੋਏ ਆ ਜਿਨ੍ਹਾਂ ਦੇ ਵਿੱਚ ਅੱਜ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੀ ਕੀਤੇ ਹੋਏ ਆ ਅਤੇ ਬੀਬੀ ਮੁਮਤਾਜ਼ ਜੀ ਜੋ ਪੁੱਤਰੀ ਸਨ ਕੋਟਲਾ ਨਿਹੰਗ ਖਾਂ ਦੇ। ਸੋ ਬੀਬੀ ਮੁਮਤਾਜ਼ ਜੀ ਦੀ ਇਹ ਤਸਵੀਰ ਹੈ ਜਿਨ੍ਹਾਂ ਨੇ ਕਿ ਆਪਣਾ ਸਾਰਾ ਜੀਵਨ ਭਾਈ ਬਚਿੱਤਰ ਸਿੰਘ ਜੀ ਦੀ ਯਾਦ ਦੇ ਵਿੱਚ ਲੰਘਾ ਦਿੱਤਾ, ਕਿਉਂਕਿ ਕਿਸੇ ਅਜਿਹੇ ਕਮਰੇ ਦੇ ਵਿੱਚ, ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਇਸੇ ਕਮਰੇ 'ਚ ਗੁਰੂ ਸਾਹਿਬ ਰੁਕੇ ਹੋਣਗੇ, ਪਰ ਅਜਿਹੇ ਹੀ ਇਸੇ ਮਹਿਲ ਦੇ ਕਿਸੇ ਕਮਰੇ ਦੇ ਵਿੱਚ ਗੁਰੂ ਸਾਹਿਬ ਆਸਣ ਦੇ ਉੱਤੇ ਬੈਠੇ ਹੋਣਗੇ ਜਦੋਂ ਭਾਈ ਬਚਿੱਤਰ ਸਿੰਘ ਜੀ ਨੂੰ ਗੰਭੀਰ ਜ਼ਖਮੀ ਰੂਪ ਦੇ ਵਿੱਚ ਲੈ ਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਇੱਥੇ ਪਹੁੰਚੇ ਹੋਣਗੇ। ਗੁਰੂ ਸਾਹਿਬ ਨੇ ਉਸੇ ਪਲੰਘ ਦੇ ਉੱਤੇ ਉਹਨਾਂ ਨੂੰ ਲਿਟਾਇਆ ਅਤੇ ਇਸ ਥਾਂ ਦੇ ਉੱਤੇ ਉਹਨਾਂ ਦੀ ਆਪ ਮੱਲਮ ਪੱਟੀ ਵੀ ਕੀਤੀ ਅਤੇ ਇੱਥੋਂ ਜਦੋਂ ਗੁਰੂ ਸਾਹਿਬ ਗਏ ਤਾਂ ਇਸੇ ਕਮਰੇ, ਕਿਸੇ ਅਜਿਹੇ ਕਮਰੇ ਦੇ ਵਿੱਚ ਹੀ ਬੀਬੀ ਮੁਮਤਾਜ਼ ਜੀ ਨੇ ਉਹਨਾਂ ਦੀ ਮੱਲਮ ਪੱਟੀ ਕੀਤੀ ਹੋਵੇਗੀ। ਜਦੋਂ ਰੋਪੜ ਦੇ ਸਰਦਾਰ ਦੇ ਆਉਣ ਤੋਂ ਬਾਅਦ ਕੋਟਲਾ ਨਿਹੰਗ ਖਾਂ ਨੇ ਕਿਹਾ ਹੋਵੇਗਾ ਕਿ ਇਸ ਕਮਰੇ ਦੇ ਵਿੱਚ ਮੇਰੇ ਧੀ ਜਵਾਈ ਆਰਾਮ ਕਰ ਰਹੇ ਨੇ। ਸੋ ਉਹ ਇੱਟਾਂ ਅੱਜ ਵੀ ਉਸੇ ਤਰ੍ਹਾਂ ਉਹੀ ਚਣਾਈ, ਹਰ ਉਹ ਸ਼ੈ ਇਸ ਕਮਰੇ ਦੀ ਅਭਾਸ ਕਰਵਾ ਰਹੀ ਹੈ ਕਿ ਇਹ ਉਹ ਥਾਂ ਹੈ ਜਿੱਥੇ 10ਵੇਂ ਪਾਤਸ਼ਾਹ ਆਪਣੇ ਦੁੱਖਾਂ ਦੀ ਘੜੀ ਦੇ ਵਿੱਚ, ਦੁੱਖਾਂ ਦੇ ਸਮੇਂ ਦੇ ਵਿੱਚ ਆਏ ਹੋਣਗੇ। ਸੋ ਇੱਕ ਵਸਤੂ ਇੱਥੇ ਹੋਰ ਰੱਖੀ
ਹੋਈ ਹੈ ਜੋ ਉਸੇ ਇਤਿਹਾਸ ਦੇ ਨਾਲ ਸੰਬੰਧਿਤ ਜਾਪਦੀ ਹੈ। ਸੋ ਬਹੁਤ ਸਾਰੀ ਨਿਸ਼ਾਨੀਆਂ ਜਦੋਂ ਅਜਿਹੀ ਪੁਰਾਣੀ ਇਮਾਰਤ ਦੇ ਅਸੀਂ ਦਰਸ਼ਨ ਕਰਦੇ ਹਾਂ ਤਾਂ ਬਹੁਤ ਸਾਰੀ ਅਜਿਹੀਆਂ ਚੀਜ਼ਾਂ ਹੋ ਜਾਂਦੀਆਂ ਇੰਨੇ ਪੁਰਾਣੇ ਇਤਿਹਾਸ ਦੇ ਬਾਰੇ ਜਿਹਦੇ ਬਾਰੇ ਅਸੀਂ ਵੀ ਨਹੀਂ ਜਾਣਦੇ ਜਾਂ ਅਸੀਂ ਉਸ ਦੇ ਬਾਰੇ ਨਹੀਂ ਦੱਸ ਸਕਦੇ, ਪਰ ਜੋ ਮੁਗਲੀ ਆਰਕੀਟੈਕਚਰ ਹੈ ਉਸ ਦਾ ਇਹ ਆਪਣੇ ਆਪ ਦੇ ਵਿੱਚ ਪ੍ਰਮਾਣ ਹੈ, ਕਿਉਂਕਿ ਉਹ ਆਰਕੀਟੈਕਚਰ ਇੱਕੋ ਤਰ੍ਹਾਂ ਦਾ ਸੀ। ਉਸ ਦੇ ਵਿੱਚ ਕਿਸ ਤਰ੍ਹਾਂ ਦੀ ਉਗੜਾਈਆਂ ਬਣਦੀਆਂ ਸੀ, ਕਿਸ ਤਰ੍ਹਾਂ ਦੀ ਇਮਾਰਤ ਬਣਾਈ ਜਾਂਦੀ ਸੀ, ਉਹ ਸਾਰੀ ਚੀਜ਼ਾਂ ਉਹਨੂੰ ਇਹ ਕਿਲ੍ਹਾ ਯਾਦ ਕਰਵਾਉਂਦਾ। ਸੋ ਅੱਜ ਉਸੇ ਰੂਪ ਦੇ ਵਿੱਚ ਇਹ ਕਿਲ੍ਹਾ ਮੌਜੂਦ ਹੈ ਅਤੇ ਕੋਸ਼ਿਸ਼ ਕਰਦੇ ਹਾਂ ਜੇ ਇੱਥੋਂ ਅਸੀਂ ਉੱਤੇ ਜਾ ਕੇ ਵੀ ਤੁਹਾਨੂੰ ਦਿਖਾ ਸਕੀਏ। ਪੌੜੀਆਂ ਹਾਲਾਂਕਿ ਉਨੀ ਚੰਗੀ ਹਾਲਤ ਦੇ ਵਿੱਚ ਹੁਣ ਨਹੀਂ ਹੈ ਕਿਉਂਕਿ ਬਾਅਦ ਵਿੱਚ ਬਣਾਈਆਂ ਗਈਆਂ ਜਾਪਦੀਆਂ, ਜਿਸ ਤਰ੍ਹਾਂ ਇਹ ਤਸਵੀਰਾਂ ਦਿਖਾਈ ਦਿੰਦਾ, ਗੁਣਾਈਆਂ ਦਿਖਾਈ ਦਿੰਦੀਆਂ, ਲੱਗਦਾ ਇੱਥੇ ਦਰਵਾਜ਼ੇ ਰਹੇ ਹੋਣਗੇ ਅੰਦਰ ਜਾਣ ਦੇ ਲਈ। ਅਤੇ ਇਹ ਜੋ ਤੁਸੀਂ ਛੱਤ ਦਾ ਹਿੱਸਾ ਦੇਖ ਰਹੇ ਹੋ, ਇਸ ਤੋਂ ਉੱਤੇ ਆ ਕੇ ਇਹ ਕਮਰਿਆਂ ਦੇ ਵਿੱਚ ਮਹਾਰਾਜ ਦਾ ਹੇਠਾਂ ਪ੍ਰਕਾਸ਼ ਹੈ, ਇਸ ਕਰਕੇ ਇੱਥੇ ਜਾਣਾ ਵਰਜਿਤ ਹੈ, ਪਰ ਉਹੀ ਨਮੂਨਾ ਨਜ਼ਰ ਆਉਂਦਾ ਕਿ ਉਹ ਆਰਕੀਟੈਕਚਰ ਮੁਗਲ ਕਾਲ ਦੇ ਵਿੱਚ ਕਿਸ ਤਰ੍ਹਾਂ ਦੀਆਂ ਇਮਾਰਤਾਂ ਬਣਦੀਆਂ ਸੀ। ਅਤੇ ਇੰਨਾ ਵੱਡਾ ਇਤਿਹਾਸ ਜਿਸ ਨੂੰ ਅਸੀਂ ਇੰਨੇ ਸਮੇਂ ਤੋਂ ਭੁੱਲੇ ਬੈਠੇ ਰਹੇ, ਜਿਸ ਦੇ ਉੱਤੇ ਲੋਕਾਂ ਦੇ ਕਬਜ਼ੇ ਵੀ ਹੋਏ, ਪਰ ਅੱਜ ਵੀ ਸਾਡੀ ਇਹ ਬਹੁਤ ਮੰਦ ਭਾਗੇ ਹਾਂ ਅਸੀਂ ਕਿ ਅਸੀਂ ਦੱਸ ਨਹੀਂ ਸਕੇ ਆਪਣੀ ਸੰਗਤ ਨੂੰ, ਸਿੱਖਾਂ ਨੂੰ ਹੀ ਸਿੱਖਾਂ ਦੇ ਇਤਿਹਾਸ ਬਾਰੇ ਨਹੀਂ ਦੱਸ ਸਕੇ, ਆਪਣੀਆਂ ਨਿਸ਼ਾਨੀਆਂ ਨਹੀਂ ਸਾਂਭ ਸਕੇ, ਜੋ ਨਿਸ਼ਾਨੀਆਂ ਬਚੀਆਂ ਉਹਨਾਂ ਦੇ ਉੱਤੇ ਅਸੀਂ ਗੌਰ ਨਹੀਂ ਕਰ ਸਕੇ, ਉਹਨਾਂ ਨੂੰ ਬਚਾਉਣ ਦੇ ਲਈ ਯਤਨ ਨਹੀਂ ਕਰ ਸਕੇ। ਸੋ ਅੱਜ ਵੀ ਜੇਕਰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹੋ, ਜੋ ਨਿਸ਼ਾਨੀਆਂ ਬਚੀਆਂ ਸਾਡੇ ਕੋਲ, ਇਹ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਈਏ, ਆਪ ਆ ਕੇ ਦਰਸ਼ਨ ਕਰੀਏ ਅਤੇ ਅਭਾਸ ਕਰੀਏ ਉਹਨਾਂ ਦਿਨਾਂ ਦਾ ਜਦੋਂ ਗੁਰੂ ਸਾਹਿਬ ਇਹਨਾਂ ਵਿਖੜੇ ਪੈਂਡਿਆਂ ਤੋਂ ਲੰਘੇ ਹੋਣਗੇ ਮਖਮਲੀ ਗੱਦਿਆਂ ਦੇ ਉੱਤੇ ਸੌਣ ਵਾਲੇ ਸਾਡੇ ਲਈ, ਜਿਨ੍ਹਾਂ ਨੇ ਦੁੱਖ ਸਹੇ ਸਾਡੇ ਲਈ, ਤਕਲੀਫਾਂ ਸਹੀਆਂ, ਆਪ ਵੀ ਅਭਾਸ ਕਰੀਏ ਅਤੇ ਆਪਣੇ ਬੱਚਿਆਂ ਨੂੰ ਵੀ ਦੱਸੀਏ, ਤਾਂ ਕਿ ਇਤਿਹਾਸ ਜੋ ਸਾਡੇ ਲਈ ਗੁਰੂ ਸਾਹਿਬ ਬਣਾ ਕੇ ਗਏ, ਜੋ ਪੈੜਾਂ ਸਾਡੇ ਲਈ ਛੱਡ ਕੇ ਗਏ ਉਹਨਾਂ ਪੂਰਨਿਆਂ 'ਤੇ ਅਸੀਂ ਚੱਲ ਸਕੀਏ, ਅਤੇ ਸਾਡੇ ਬੱਚੇ ਵੀ, ਸਾਡੀਆਂ ਪੀੜ੍ਹੀਆਂ ਵੀ, ਅਤੇ ਸਦੀਆਂ ਤੱਕ ਦੁਨੀਆ ਰਹਿੰਦੀ ਤੱਕ ਇਹ ਇਤਿਹਾਸ ਯਾਦ ਰਹੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।